इनफैक्ट असी क्या सारा पंजाब सारे पंजाब के व्यापारी मजदूर सब उन्होंने नाल खड़े ने ते असी मोहाली व्यापार मंडल वालों उन्हां दी कॉल का पूरा समर्थन करते हैं ते कल जो 8 तरीक नूं उन्हां दी बंद दी कॉल दे संबंध असी सारे मोहाली दी मार्केटां बंद रखा ट्रेडां दे प्रधान सारयां नूं बुलाया असी उत्थे बैठ के राय मशवरा करिया उहदे च इही फैसला होया वी किसानां दी जेनुइन मंग है देखो जे किसान है नहीं व्यापारी है नहीं सो इह साडा तां 9 मास दा उहनां नाल रिश्ता है सो अज उहनां दी मुसीबत दी घड़ी च असी क्या सारा पंजाब उहनां दे नाल खड़ा सो असी ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋਏ ਅਸੀਂ ਕੱਲ ਦੀ ਰੇਟ ਦੇ ਵਿੱਚ ਪ੍ਰੋਪਰ ਪੂਰਾ ਮੋਹਾਲੀ ਸ਼ਹਿਰ ਦੀਆਂ ਮਾਰਕੀਟਾਂ ਚਾਹੇ ਉਹ ਕੋਈ ਵੀ ਸ਼ਾਪਸ ਹੈ ਸਾਰੀਆਂ ਬੰਦ ਰੱਖਾਂਗੇ ਸਿਰਫ ਅਸੀਂ ਇੱਕ ਕੈਮਿਸਟ ਸ਼ਾਪਸ ਨੇ ਉਹਨਾਂ ਨੂੰ ਅਸੀਂ ਅਲਾਓ ਜ਼ਰੂਰ ਕਰਿਆ ਹਾਂ ਐਮਰਜੈਂਸੀ ਸੇਵਾ ਦੇਖੋ ਪਰਿਵਾਰ 'ਚ ਮੇਰੇ ਵੀ ਬਜ਼ੁਰਗ ਨੇ ਤੁਹਾਡੇ ਵੀ ਬਜ਼ੁਰਗ ਨੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਮਤਲਬ ਬਜ਼ੁਰਗਾਂ ਨੂੰ ਜਾਂ ਕਿਸੇ ਪਰਿਵਾਰ ਨੂੰ ਕੋਈ ਦਵਾ ਪਿੱਛੇ ਕਿਸੇ ਤਕਲੀਫ ਹੋਵੇ ਸਿਰਫ ਕੈਮਿਸਟ ਨੂੰ ਅਸੀਂ ਛੱਡ ਕੇ ਬਾਕੀ ਸਾਰੀਆਂ ਅੱਛਾ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਲਗਾਤਾਰ ਮੀਟਿੰਗਾਂ ਹੁੰਦੀਆਂ ਪਈਆਂ ਮੰਤਰੀਆਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਰਹੀਆਂ ਕਿਸੇ ਸਿੱਟੇ 'ਤੇ ਨਹੀਂ ਆ ਰਹੀਆਂ ਹਮੇਸ਼ਾ ਬੇਸਿੱਟਾ ਹੀ ਰਹਿ ਰਹੀਆਂ ਕੀ ਲੱਗਦਾ ਤੁਹਾਨੂੰ ਹੋਰ ਕਿੰਨੀ ਕੁ ਦੇਰ ਚੱਲਣਾ ਦੇਖੋ ਇੱਦਾਂ ਹੈ ਵੀ ਕੋਈ ਵੀ ਇਨਸਾਨ ਕਿਸੇ ਵੀ ਟ੍ਰੇਡ ਦਾ ਹੋਵੇ ਕੋਈ ਨਹੀਂ ਚਾਹੁੰਦਾ ਵੀ ਉਹ ਸੜਕ 'ਤੇ ਜਾ ਕੇ ਰਾਤ ਕੱਟੇ ਕੋਈ ਵੀ ਨਹੀਂ ਚਾਹੁੰਦਾ ਮੈਂ ਕਹਿੰਦਾ ਕੋਈ ਸੋਚ ਵੀ ਨਹੀਂ ਸਕਦਾ ਨਾ ਜੇ ਉਹ ਕਿਸਾਨ ਵਿਚਾਰੇ ਬੈਠੇ ਨੇ ਉੱਥੇ ਆਪਣੀ ਹੱਕੀ ਮੰਗਾਂ ਲਈ ਜੈਨੂਨ ਮੰਗਾਂ ਲਈ ਉਹ ਉੱਥੇ ਧਰਨਾ ਦੇ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਸਾਰਾ ਪੰਜਾਬ ਕਿਆ ਸਾਰਾ ਦੇਸ਼ ਉਹਨਾਂ ਦੇ ਨਾਲ ਅਗਰ ਖੜ ਰਿਹਾ ਤਾਂ ਕੁਛ ਨਾ ਕੁਛ ਤਾਂ ਉਹਨਾਂ ਦੀ ਗੱਲ 'ਚ ਵੀ ਦਮ ਹੋਊਗਾ ਔਰ ਮੈਂ ਇਹਦੇ 'ਚ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਹੁਣ ਜਿਹੜੀ ਇਹ ਲੜਾਈ ਹੋਗੀ ਨਾ ਭਾਅ ਜੀ ਇਹ ਲੜਾਈ ਹੋਗੀ ਹੱਕ ਅਤੇ ਹੰਕਾਰ ਦੀ ਕਿਸਾਨਾਂ ਦਾ ਹੱਕ ਹੈ ਮੋਦੀ ਸਾਹਿਬ ਦਾ ਹੰਕਾਰ ਹੈ ਸੋ ਪੰਜਾਬੀ ਕਿਆ ਪੂਰਾ ਦੇਸ਼ ਜਿਹੜਾ ਹੈਗਾ ਉਹ ਤਾਂ ਹੱਕਾਂ ਨਾਲ ਚੱਲਣ ਵਾਲਾ ਹਾਂ ਬਿਲਕੁਲ ਇੰਟਰਨੈਸ਼ਨਲੀ ਦੇਖੋ ਦੇਖੋ ਇੰਟਰਨੈਸ਼ਨਲੀ ਚਲੋ ਅਸੀਂ ਇਸ ਦੇਸ਼ ਦੀ ਅਖੰਡਤਾ 'ਤੇ ਸਾਡਾ ਪੂਰਾ ਫੇਤ ਹੈ ਅਸੀਂ ਇੰਟਰਨੈਸ਼ਨਲ ਵਾਲਿਆਂ ਨੂੰ ਕਹਾਂਗੇ ਵੀ ਤੁਸੀਂ ਉਹਨਾਂ ਉੱਤੇ ਨਹੀਂ ਅਸੀਂ ਕਮੈਂਟ ਕਰਨਾ ਚਾਹਾਂਗੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਅਗਰ ਮੋਦੀ ਸਾਹਿਬ ਕਹਿੰਦੇ ਨੇ ਵੀ ਇਹ ਕਾਨੂੰਨ ਮੈਂ ਉਹਨਾਂ ਦੇ ਭਲੇ ਲਈ ਬਣਾਏ ਨੇ ਜੇ ਉਹਨਾਂ ਨੂੰ ਪਸੰਦ ਹੀ ਨਹੀਂ ਤੁਸੀਂ ਕਿਉਂ ਬਣਾ ਰਹੇ ਹੋ ਮੈਨੂੰ ਤੁਸੀਂ ਕਹਿੰਦੇ ਹੋ ਇਹ ਚੀਜ਼ ਤੂੰ ਕਰ ਮੈਂ ਕਹਿੰਦਾ ਮੈਨੂੰ ਪਸੰਦ ਨਹੀਂ ਤੁਸੀਂ ਕਹਿੰਦੇ ਤੇਰੇ ਫਾਇਦੇ ਵਾਸਤੇ ਮੈਂ ਕਹਿੰਦਾ ਰਹਿਣ ਦੇ ਤਾਂ ਉਹਦੇ 'ਚ ਰਹਿਣ 'ਚ ਕੀ ਹਰਜਾ ਅਗਰ MSP ਇਹ ਕਹਿੰਦੇ ਨੇ ਵੀ ਉਹਨਾਂ ਦੀ MSP ਨਹੀਂ ਟੁੱਟਦੀ ਮੰਡੀਕਰਨ ਦਾ ਢਾਂਚਾ ਨਹੀਂ ਟੁੱਟਦਾ ਅੰਬਾਨੀ ਅਡਾਨੀ ਵਰਗੇ ਲੋਕਾਂ ਦੀ ਜ਼ਮੀਨਾਂ 'ਤੇ ਕਬਜ਼ਾ ਨਹੀਂ ਕਰਦੇ ਤਾਂ ਇਹਨਾਂ ਨੂੰ ਉਸ ਚੀਜ਼ ਨੂੰ ਬਿੱਲਾਂ ਨੂੰ ਛੱਡਣ ਦੀ ਇਹਦੇ ਵਿੱਚ ਕੀ ਇਹਨਾਂ ਨੂੰ ਕੀ ਪ੍ਰੋਬਲਮ ਹੈ ਸੋ ਇਹ ਬੇਸਿਕਲੀ ਇਹ ਨੀਤ 'ਚ ਖੋਟ ਵਾਲਾ ਕੰਮ ਹੈ ਸੋ ਹੁਣ ਮੈਨੂੰ ਲੱਗਦਾ ਵੀ ਸਾਰਾ ਇੰਡੀਆ ਇਹ ਗੱਲ ਨੂੰ ਜਾਣਦਾ ਵੀ ਮੋਦੀ ਸਾਹਿਬ ਦੀ ਨੀਤ 'ਚ ਖੋਟ ਹੈ ਇਹ ਕਿਸੇ ਨਾ ਕਿਸੇ ਤਰੀਕੇ ਅਡਾਨੀ ਅੰਬਾਨੀ ਦੇ ਚੱਕਰ 'ਚ ਦੋ ਤਿੰਨ ਘਰਾਣਿਆਂ ਦੇ ਚੱਕਰ 'ਚ ਜਿਹੜੇ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਵਪਾਰੀ ਨੂੰ ਦੇਸ਼ ਦੇ ਮਜ਼ਦੂਰ ਨੂੰ ਬਰਬਾਦ ਕਰਨ 'ਤੇ ਤੁਲੇ ਹੋਏ ਨੇ ਸੋ ਉਹ ਕੋਈ ਦੇਸ਼ ਵਾਸੀ ਉਹਨਾਂ ਦੇ ਮਨਸੂਬੇ ਨੂੰ ਪੂਰਾ ਨਹੀਂ ਹੋਣ ਦਊ